ਸਾਡੀ ਵੀ ਹੁਣ ਅਮਰੀਕਾ ਦੀ ਲੱਗਣ ਗਈ ਡੋਂਕੀ ਮਿਸ ਹੈਪਨਿੰਗ ਹੋ ਗਈ ਇੱਕ ਬੜੀ ਤਗੜੀ ਹਾਂ ਤੇ ਪਾਸਪੋਰਟ ਨਹੀਂ ਮਿਲ ਰਹੇ ਕੈਮਰੇ ਦੇਖ ਕੇ ਦੰਗ ਰਹਿ ਗਿਆ ਹਾਰ ਕੇ ਮੈਨੂੰ ਪੁਲਿਸ ਨੂੰ ਕਾਲ ਕਰਨੀ ਪੈ ਗਈ ਜਿਹਦੇ ਪੈਸੇ ਦੋ ਆਪਣੇ ਪਾਸਪੋਰਟ ਚੱਕੋ ਪਹਿਲੀ ਗੱਲ ਡੋਂਕੀ ਡੋਂਕੀ ਲੱਗ ਰਹੀ ਆ ਗਿਆ ਏਅਰਪੋਰਟ ਤੇ ਆ ਗਿਆ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਯੂਟਿਊਬ ਚੈਨਲ ਤਾਂ ਥੰਬਨੇਲ ਤੋਂ ਪਤਾ ਲੱਗ ਗਿਆ ਹੋਣਾ ਤੁਹਾਨੂੰ ਕਿ ਸਾਡੀ ਵੀ ਹੁਣ ਅਮਰੀਕਾ ਦੀ ਲੱਗਣ ਗਈ ਡੋਂਕੀ ਤੇ ਆਪਣੇ ਭਰਾ ਆਨੰਦ ਜਲੰਧਰੀਆ ਰਾਹੁਲ ਤੇ ਇੱਕ ਭਰਾ ਨੂੰ ਹੋਰ ਚੱਕਰ ਕੁਲਬੀਰ ਭਰਾ ਨੂੰ ਹਨਾ ਚਾਰਾਂ ਜਾਣਿਆਂ ਨੇ ਜਾਣਾ ਆਪਾਂ ਤਾਂ ਡੋਂਕੀ ਅਮਰੀਕਾ ਦੇ ਕਿੱਦਾਂ ਲੱਗਦੀ ਹੈ ਤੁਹਾਨੂੰ ਦੱਸਿਆ ਜਾਏਗਾ ਤੇ ਆਪਾਂ ਇੱਥੋਂ ਜਾਣਾ ਜਲੰਧਰੋਂ ਦਿੱਲੀ ਤੇ ਦਿੱਲੀ ਤੋਂ ਬਸ ਅੱਗੋਂ ਫਲਾਈਟ ਹੈ ਪੱਕੀ ਦੱਸਿਆ ਰੱਬ ਜਾਣੇ ਕੀ ਇਹ ਹੁਣ ਸਾਨੂੰ ਪਤਾ ਨਹੀਂ ਬਹੁਤ ਕੁਝ ਸੁਣਿਆ ਇਹ ਪਤਾ ਜੰਟਾਂ ਦੀਆਂ ਜਿੱਦਾਂ ਜੰਟਾਂ ਦੀਆਂ ਗੱਲਾਂ ਸੁਣੀਆਂ ਨਾ ਸਾਨੂੰ ਵੀ ਡਰ ਲੱਗਦਾ ਚਲੋ ਹੁਣ ਦੇਖਦੇ ਆਪਾਂ ਦਿੱਲੀ ਜਾ ਕੇ ਬਿਲਕੁਲ ਬਾਕੀ ਵਲੌਗ ਨਾਲ ਜੁੜੇ ਰਹੋ ਲਵ ਯੂ ਸੋ ਮਚ ਹਾਂਜੀ ਤੇ ਅਸੀਂ ਦਿੱਲੀ ਪਹੁੰਚ ਗਏ ਹਾਂ ਕੁਲਵੀਰ ਭਾਈ ਨੂੰ ਚੱਕ ਲਿਆ ਸੀ ਆਪਾਂ ਜਲੰਧਰ ਤੋਂ ਤਾਂ ਸੁੱਤਿਆਂ ਨੂੰ ਮੈਂ ਲਿਆ ਹਾਂ ਸੁੱਤਿਆਂ ਨੂੰ ਭਰਾ ਲੈ ਗਿਆ ਤੇ ਮਿਸ ਹੈਪਨਿੰਗ ਹੋ ਗਈ ਇੱਕ ਬੜੀ ਤਗੜੀ ਹਾਂ ਤੇ ਪਾਸਪੋਰਟ ਨਹੀਂ ਮਿਲ ਰਹੇ ਅਸੀਂ ਪਹੁੰਚਦੇ ਆਪਾਂ 4 ਵਜੇ ਦੇ ਗਏ ਹਾਂ ਪੁਲਿਸ ਤੱਕ ਗੱਲ ਪਹੁੰਚ ਗਈ ਤੇ ਜੋ ਵੀ ਕਰਨਾ ਨਾ ਧਿਆਨ ਨਾਲ ਕਰਿਆ ਕਰੋ ਤੇ ਹੁਣ ਦੇਖੋ ਅੱਗੇ ਹੁਣ ਬੰਦਾ ਸਾਨੂੰ ਟੱਕਰਿਆ ਉਹ ਸਾਨੂੰ ਲੈ ਕੇ ਜਾਏਗਾ ਅੱਗੋਂ ਤੇ ਕੁਲਵੀਰ ਭਾਈ ਆਲ ਦੀ ਬੈਸਟ ਕੁਲਵੀਰ ਭਾਈ ਕਹਿੰਦੇ ਯਾਰ ਮੈਨੂੰ ਪਾਸਪੋਰਟ ਦੇ ਦਿਓ ਬਸ ਮੈਂ ਨਹੀਂ ਜਾਣਾ ਕਿਤੇ ਬਾਹਰ ਦੇਖਿਓ ਹੁਣ ਇਸ ਤੋਂ ਬਾਅਦ ਹੁਣ ਨਾ ਸਾਨੂੰ ਪਾਸਪੋਰਟ ਮਿਲਣੇ ਥੋੜ੍ਹੀ ਦੇਰ ਤੱਕ ਅਤੇ ਜਿਹੜੇ ਬੰਦੇ ਲੈਣਗੇ ਆਨੰਦ ਭਾਈ ਅਤੇ ਆਪਣਾ ਦਿਵੇਨ ਦੇਖਿਓ ਕਿੰਨੀ ਖੁਸ਼ੀ ਹੁੰਦੀ ਬਹੁਤ ਖਿੱਜ ਚੜ੍ਹ ਸਾਰਾ ਮਹੱਲਾ ਇਕੱਠਾ ਹੋਇਆ ਸੀ ਵੀਡੀਓ ਬਣਾਉਣੀ ਹੋਈ ਹਾਂ ਚਲੋ ਦਿਖਾਨੇ ਆ ਪਾਸਪੋਰਟ ਲੈਣ ਗਿਆ ਆਨੰਦ ਕਦੋਂ ਵੀ ਕੁੱਟ ਪੈ ਸਕਦੀ ਦਿੱਲੀ ਚ ਬਹੁਤ ਕੁੱਟ ਪੈਣੀ ਨਾ ਕੋਈ ਜਾਣਦਾ ਉਹਨਾਂ ਕਹਿੰਦਾ ਬੈਟਕਾ ਕੱਢੋ ਫਿਰ ਕੱਢਣੀਆਂ ਵੀ ਪੈ ਗਈਆਂ ਪਾਸਪੋਰਟ ਆਪਾਂ ਦੋਵਾਂ ਨੂੰ ਕੱਢਣੀਆਂ ਪੈਣੀਆਂ ਇਹਨਾਂ ਦਾ ਪਤਾ ਨਹੀਂ ਸਹੀ ਗੱਲ ਚਲੋ ਆਨੰਦ ਭਾਈ ਪਾਸਪੋਰਟ ਲੈ ਕੇ ਆ ਲੱਗੇ ਵੇ ਪਾਸਪੋਰਟ ਕਹਿੰਦੇ ਇੱਦਾਂ ਨਹੀਂ ਮਿਲਣੇ ਸਾਈਨ ਹੋਣਗੇ ਤੇ ਫੇਰ ਮਿਲਣੇ ਕਹਿੰਦਾ ਪਾਸਪੋਰਟ ਨਹੀਂ ਨਾ ਦੇਣੇ ਇੱਦਾਂ ਕਹਿੰਦਾ ਲੈਟਰ ਲਿਖ ਕੇ ਦੇ ਪਹਿਲਾਂ ਵੀ ਤੁਸੀਂ ਪੁਲਿਸ ਨੂੰ ਜਿਹੜਾ ਕੀਤਾ ਸੀ ਮੇਰੀ ਵੀ ਘੁੱਗੀ ਮਾਰ ਦੇਗਾ ਮਾਰਦੇ ਘੁੱਗੀ ਹੈਗਾ ਮੇਰੀ ਵੀ ਜਦੋਂ ਆਪਾਂ ਕੀ ਕੀਤਾ ਬੰਦਾ ਪੁੱਛੇ ਹੋ ਗਿਆ ਭੈਣ ਜਦੋਂ ਲੱਤਾਂ ਹੀ ਮਾਰੀਆਂ ਗੇਟ ਦੇ ਮਾਰਦੇ ਘੁੱਗੀ ਮੈਕਸੀਕੋ ਉਹ ਦੇਖਣਾ ਹੀ ਦੇਖਣਾ ਭੈਣ ਦੀ ਜੀ ਕੀ ਮਾਰੀ ਬੈਠਾ ਲੱਦ ਲੈਂਦੇ ਸਾਰੇ ਕੀ ਕਹਿੰਦਾ ਹੁਣ ਡਾਲਰ ਫੜਾ ਦੋ ਭਾਈ ਭੈਣ ਚੋ ਰਾਜ ਤੁਹਾਡੇ ਕੋਲ ਥੋੜਾ ਵੀਹ ਮੇਰੇ ਕੋਲ ਰਹਿ ਗਏ ਭਾਈ ਡੋਂਕੀ ਲਾਂਦੇ ਮੈਂ ਤੇਰੇ ਤੋਂ ਥੋੜਾ ਮੰਗੀ ਲੈ ਵੀਹ ਡਾਲਰ ਰਹਿ ਗਏ ਵੀਰ ਜੀ ਤੁਹਾਡੇ ਮੇਰੇ ਕੋਲ ਇੰਨੀ ਤੰਦ ਦੋਲੇ ਸਾਂਭੀ ਨੀ ਜਾਂਦੀ ਆਲੋ ਵੀਰ ਜੀ 400 ਡਾਲਰ ਤੁਹਾਡੇ ਵੀ 20 ਰੁਪਏ ਰਹਿ ਗਏ ਮੇਰੇ ਕੋਲ ਖੁੱਲੇ ਨਹੀਂ ਯਾਰ ਇੱਦਾਂ ਨਹੀਂ ਡੇਢ ਸੌ ਖਾਣੀ ਖੁੱਲੇ ਨਹੀਂ ਉਹ ਭਾਜੀ ਡਾਲਰਾਂ 'ਚ ਵੀ ਤਾਰ ਚੱਲਦਾ 40 ਹੋਏ ਆਪਣੇ ਯਾਰ 40 ਨਹੀਂ 50 ਸਾਲ ਤੇ ਕਿੰਨਾ ਹੀ ਨਹੀਂ ਅਸੀਂ 10 ਲੈ ਲਈ ਡੋਂਕੀ ਲਾਣ ਲੱਗੇ ਆ ਅਮਰੀਕਾ ਦੀ ਇਹਦੇ 'ਚ ਇੰਨਾ ਕੁ ਚੱਲਦਾ ਵਾ ਰਬੜ ਰਹਿ ਗਈ ਜੇ ਲੈਣੀ 40,000 ਦੇ 4 ਰੁਪਏ
डोंकी लाके अमेरिका खेडा गे पूरी खेडा गे मेरी गल सुनो जेडी पेंटा दे विच तुहानू दस्या सी ना जेब ओ बनाउण नू एक एक डालर एक एक कुछ पाओ उत्थे जाके काम आउणे आ ਕਿਹੜੀ ਪਿੰਡ ਪਰਸੋਂ ਮੁੰਡਾ ਗਿਆ ਆਪਣੇ ਨਾਲ ਦਾ ਉਹਨੇ ਮੈਨੂੰ ਦੱਸਿਆ ਵਾ ਕੀ ਮਤਲਬ ਕਿੱਦਾਂ ਸਮਝ ਗਏ ਬਾਅਦ ਦੱਸੂਗਾ ਤੁਹਾਨੂੰ ਮੈਂ ਨਾ ਵਲੋਗ ਬਣਾਓ ਬਾਅਦ ਰੇ ਡੋਂਕੀ ਡੋਂਕੀ ਲੱਗ ਡੋਂਕੀ ਓ ਡਾਲਰ ਡਾਲਰ पहुंच रहे हैं फिर भाई चले एयरपोर्ट नू फाइनली किन्ने घंटे बाद निकले हैं किन्ने घंटे बाद निकले आप एक बज गया चार बजे आए थे ना पासपोर्ट तो तुम पता जो मिले बाकी कोई मजाक नहीं आड़ी बहस भी हुई एजेंट के नाल वह भी तुम रिकॉर्डिंग सुनाने पुलिस को कॉल करनी पैगी ऐसे दो अपने पासपोर्ट चको हाँ जी रिकॉर्डिंग तुम सुन ली हूँ आप दिल्ली की सड़क पर हाँ एयरपोर्ट में जा रहे हैं उ मिलते हैं तुम ठीक पहुँच गए एयरपोर्ट से फाइनली एयरपोर्ट ते पहुंच गए अपन हां जी महाराज फीलिंग पॉइंट आ रही बस नहीं पूछो कुछ ना सही गल आ साडा वीर सानू ले गया एजेंट डोंकर साडा डोंकर जिंदा डोंकर जिंदा डोंकर झूठा डोंकर पे आंदे हो राज समान ते ला ਨਾ ਇਧਰ ਮੂਜਾ ਕਤਲ ਹਾਂਜੀ ਹੀ ਮੋਟਾ ਹੀ ਸਮਾਨ ਲੈ ਕੇ ਚੱਲੇ ਤੁਸੀਂ ਹੈਨਾ ਸਾਰਾ ਸੋਨਾ ਹੀ ਹੈ ਡੋਂਕੀ ਲਾ ਚੱਲੋ ਹਾਂਜੀ ਟੈਕਸੀ ਰਾਜ ਕੋਈ ਵੀ ਖੇਚ ਲਈ ਨਾ ਰਾਜ ਕੋਈ ਨਾ ਜਾਜ ਸਾਰੇ ਆਪਣੇ ਤੇ ਭਈਏ ਘੁੰਮਦੇ ਤਾਂ ਜਿੱਥੇ ਭੈਣ ਦੇ ਸਾਨੂੰ ਖਿਲਾ ਰਿਆ ਆਹ ਉਹ ਭੈਣ ਤੋਂ ਸੇਰ ਆ ਤੇ ਰਿਆ ਲੋਏ ਫਾਈਨਲੀ ਅਸੀਂ ਕਿੱਥੇ ਪਹੁੰਚੇ ਆ ਕੰਦੇ ਏਅਰਪੋਰਟ ਤੇ ਆ ਗਏ ਲੋਕ ਬਾਅਦ ਚ ਬਣਾ ਲਿਓ ਪਹਿਲਾਂ ਟਰੋਲੀਆਂ ਬਣਾ ਲਓ ਭੈਣ ਚੋ ਯਾਰ ਇਸ ਤੋਂ ਬਾਅਦ ਸਾਡਾ ਫੂਨ ਆਉਣ ਹੋਣਾ ਕਿ ਨਹੀਂ ਹੋਣਾ ਤੁਹਾਨੂੰ ਪਤਾ ਨਹੀਂ ਆ ਗਿਆ ਏਅਰਪੋਰਟ ਤੇ ਆ ਗਿਆ ਜੀ ਹਾਂਜੀ ਕਿਸੇ ਦਾ ਲੈ ਕੇ ਕਰ ਰਿਹਾ ਕਿਸੇ ਦਾ ਨੰਬਰ ਹੈ ਹਾਂਜੀ ਹਾਂ ਭੂਆ ਜੁਣੀ ਸੈਟ ਹਾਂਜੀ ਆਪਾਂ ਐਂਟਰ ਹੋ ਗਏ ਆ ਤੁਸੀਂ ਐਂਟਰੀ ਮੇਰੀ ਚੈੱਕ ਕਰ ਲਈ ਏਅਰਪੋਰਟ ਦੀ ਮਹਾਰਾਜ ਹਾਂਜੀ ਹਾਂਜੀ ਖੁਸ਼ੀ ਕੇ ਇਸ ਤੋਂ ਬਾਅਦ ਕਹਿੰਦੇ ਸਾਡੀ ਸਿੱਧੀ ਫਲੈਟ ਹੈ ਅਮਰੀਕਾ ਦੀ ਇਹ ਕੰਮ ਮੈਨੂੰ ਵਧੀਆ ਲੱਗਾ ਬਿਲਕੁਲ ਬੜਾ ਦਿੱਲੀ ਖਜਲ ਹੋਏ ਆ ਟੋਕੀ ਕੁਝ ਨਹੀਂ ਪਰ ਯਕੀਨ ਹਜੇ ਹੈ ਨਹੀਂ ਕਨਫਰਮ ਪੂਰਾ ਕਰਨਾ ਵਾ ਕਿ ਕਿੱਥੇ ਪਹੁੰਚਦੇ ਆ ਅਮਰੀਕਾ ਜਾਣਾ ਕਿਤੇ ਸੌਖਾ ਨਹੀਂ ਪੱਕੇ ਏਜੰਟ ਦੇ ਸਾਰੇ ਬੈਠੇ ਗੁਗਲ ਨਹੀਂ ਉਹ ਸਾਡਾ ਏਜੰਟ ਬੰਦਾ ਜੀ ਨਕਲੀ ਏਜੰਟ ਡੋਂਕਰ ਆ ਨਹੀਂ ਡੋਂਕਰ ਇਹ ਤੁਹਾਡਾ ਨਕਲੀ ਆ ਰਾਹੁਲ ਭਰਾ ਇਹ ਤਾਂ ਸਾਡੇ ਨਾਲ ਡੋਂਕੀ ਕਹਿੰਦੇ ਆ ਹਾਥੀ ਨਾਲ ਫੋਟੋ ਖਿਚਾਓ ਤੇ ਭੈਣ ਚੋਂ ਲੱਕੀ ਹਾਥੀ ਹੈ ਕਹਿੰਦੇ ਇਸ ਤੋਂ ਬਾਅਦ ਇਹਨੂੰ ਐਲੀਫੈਂਟ ਨੂੰ ਆਪਾਂ ਲੈ ਜਾਣਾ ਕਹਿੰਦੇ ਪਾਸ ਹੋ ਤੁਸੀਂ ਬਸ ਵਲੋਗਿੰਗ ਕਰਨ ਚੱਲੇ ਆ ਤੇ ਜੁੜੇ ਰਹੋ ਵਲੋਗ ਦੇ ਨਾਲ ਅਭੀ ਜੰਗਲਾਂ ਦੇ
ਬਹੁਤ ਮਤਲਬ ਬੜਾ ਖਫੇ ਦਾ ਜਿਹੜਾ ਭਰਾ ਕੁਲਵੀਰ ਭਰਾ ਆਪਣਾ ਬਹੁਤ ਜ਼ਿਆਦਾ ਮੈਂ ਆਗਾ ਮੇਰਾ ਦੇ ਔਖਾ ਹੀ ਲੱਗ ਰਿਹਾ ਇੰਡੀਆ ਦਾ ਬਹੁਤ ਕੰਮ ਖਰਾਬ ਹੋ ਗਿਆ ਇੰਡੀਆ ਇਹ ਬਹੁਤ ਚਲੋ ਉੱਥੇ ਦੇਖਾਂਗੇ ਕੀ ਤਰੱਕੀ ਕਰਦੇ ਆ ਇਦਾਂ ਹੀ ਬਲੌਗ ਹੀ ਬਣਾਣੇ ਕਰਨਾ ਜ਼ਰੂਰ ਜ਼ਰੂਰ ਅਰੇ ਉਹ ਕਿਹੜੇ ਜੰਗਲ ਜਾਣ ਦਾ ਜਾਣਾ ਆਪਾਂ ਇਸ ਤੋਂ ਬਾਅਦ ਪਨਾਮਾ ਕੋਈ ਵੀ ਕੰਟੈਕਟ ਨੰਬਰ ਮੈਂ ਪਾ ਲਗਾ ਕੋਈ ਵੀ ਕੰਟੈਕਟ ਨਾ ਕਰੇ ਫਸ ਜਾਣ ਪਾ ਲਗਾ ਕੋਈ ਵੀ ਕੰਟੈਕਟ ਨਾ ਕਰੇ ਪੰਜਾਂ ਮਿੰਟਾਂ ਅੰਦਰ ਪਹੁੰਚ ਕੇ ਤੁਸੀਂ ਉਹਨੂੰ ਮਾੜਾ ਦੱਸੀ ਜਾਂਦੇ ਇੱਕ ਮੈਂ ਗਰੀਬ ਲੈ ਆਉਂਦੇ ਨਾ ਹੁਣ ਆਪਾਂ ਕੁਲਵੀਰ ਜੀ ਕੀ ਕਰਨ ਲੱਗੇ ਆ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨੀ ਕਰੋ ਐਸ਼ ਮੇਰੇ ਸਿਰ ਤੇ ਸਾਰੇ ਫੋਨ ਚ ਮੈਂ ਸਾਰਿਆਂ ਨੂੰ ਐਸ਼ ਕਰਾਉਣ ਲੱਗਾ ਇੱਕ ਹੀ ਹੈ ਦਰਵਾਜ਼ਾ ਦੋ ਹੈ ਨਹੀਂ ਇੱਧਰ ਭਾਜੀ ਪੂਰਾ ਕਾਰਡ ਭਰਿਆ ਪੈਸੇ ਪੈਸੇ ਸਾਰੇ ਇੱਦਾਂ ਪਰ 5 ਲੱਖ ਰੁਪਏ ਭਾਈ ਆ ਇੱਥੇ ਦੇ ਇੱਥੇ ਰਾਏ ਨੇ ਆ ਦਵੇ ਨੇ ਘਰੇ ਦੇ ਨੇ ਮੁੜ ਕੇ ਨਹੀਂ ਨਹੀਂ ਮੈਂ ਹੈ ਪਲਾਣੇ ਹੀ ਉਹਨੇ ਕਾਪਣੇ ਤੇ ਗਰੀਬ ਥੈਂਕ ਯੂ ਦਵੇਨ ਸੋ ਮਚ ਹੁਣ ਮੈਨੂੰ ਵਧੀਆ ਲੱਗਾ ਤੂੰ ਸੋ ਲੱਗੇ ਨਾਈਸ ਥੈਂਕ ਯੂ ਸੋ ਮਚ ਬਾਬੇ ਸ਼ੇਰ ਬਹੁਤ ਦਰਦ ਕਰਦਾ ਵਾ ਸੀ ਕੌਫੀ ਦੀ ਬਹੁਤ ਲੋੜ ਹੈ ਇੱਥੇ ਨਾ ਲੋਨ ਜੇ ਏਅਰਪੋਰਟ ਦੇ ਵਿੱਚ ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ 'ਚ 1 ਰੁਪਈਆ ਹੈਗਾ ਨਾ ਅਤੇ ਤੁਸੀਂ 1 ਰੁਪਏ 'ਚ ਅਨਲਿਮਿਟਿਡ ਖਾ ਸਕਦੇ ਹੋ ਪੀ ਸਕਦੇ ਹੋ ਇੱਥੇ ਅਲਕੋਹਲ ਮਤਲਬ ਸ਼ਰਾਬ ਵੀ ਹੈਗੀ ਹੈ ਨੋਨ ਵੈੱਜ ਵੀ ਹੈਗਾ ਵੈੱਜ ਹਰ ਇੱਕ ਬਹੁਤ ਵਧੀਆ ਫੂਡ ਹੈ ਅਤੇ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ ਸਾਡੀ ਫਲਾਈਟ ਵੀ ਡਿਲੇਅ ਹੋ ਗਈ ਸੀਗੀ 2 ਘੰਟੇ ਫਲਾਈਟ ਡਿਲੇਅ ਹੋ ਗਈ ਸੀ ਇਸ ਕਰਕੇ ਫਿਰ ਆਪਾਂ ਇੱਥੇ ਰੁਕੇ ਹਾਂ ਬਹੁਤ ਵਧੀਆ ਮਾਰੇ ਗਰੀਬਾਂ ਨੂੰ ਨਹੀਂ ਪਤਾ ਲੱਗਦਾ ਕਿ ਰਾਤ ਹੈ ਕਿ ਸ਼ਾਮ ਹੈ ਏਅਰਪੋਰਟ ਆ ਕੇ ਖੁਸ਼ੀ ਬੜੀ ਇੱਥੇ ਦੇਖਿਓ ਭਾਅ ਜੀ ਬਹੁਤ ਖੁਸ਼ੀ ਤੁਹਾਨੂੰ ਐਨਕ ਲਾਈ ਸੀ ਰਾਤ ਨੂੰ ਅੱਗੇ ਨਜ਼ਰ ਆ ਰਿਹਾ ਕੌਣ ਆ ਰਿਹਾ ਭਾਅ ਜੀ ਕਿੱਧਰ ਜਾਣਾ ਆਪਾਂ ਮੈਨੂੰ ਬਹੁਤ ਤੰਗੀ ਆ ਰਹੀ ਮੈਂ ਤਾਂ ਹੀ ਨੀ ਆਉਂਦਾ ਯਾਰ ਮੈਨੂੰ ਲੈ ਜਾਂਦਾ ਹੀ ਬੜਾ ਇਸ ਤੋਂ ਬਾਅਦ ਆਪਾਂ ਵੱਖ ਵੱਖ ਹੋ ਜਾਣਾ ਮੈਂ ਨੀ ਤੁਹਾਡੇ ਮੱਥੇ ਲੱਗਣਾ ਚਾਹੁੰਦਾ ਲੰਨੋ ਹੱਥ ਵੀ ਲਓ ਘਸਣਾ ਹੀ ਨੀ ਆਉਂਦਾ ਦੇਖਿਆ ਮੈਡਮ ਜੀ ਇੰਨਾ ਖਾ ਕੇ ਆਏ ਨਾ ਉੱਥੇ ਇੰਨਾ ਖਾ ਕੇ ਆਏ ਨਾ ਮੈਡਮ ਤੁਹਾਨੂੰ ਕੀ ਦੱਸੀ ਆ ਦੇ ਲੋ ਹਜੇ ਵੀ ਮੰਗੀ ਇਹਨਾਂ ਮੰਮਾ ਭੁੱਖੇ ਲਿਆਂਦੇ ਉਹ ਤੇ ਕੁੜੀਆਂ ਚੰਗੀਆਂ ਜਿਹਨਾਂ ਤੁਹਾਨੂੰ ਖਾਣ ਨੂੰ ਪੁੱਛ ਲੈ ਨਹੀਂ ਤੇ ਤੁਹਾਨੂੰ ਤੇ ਤੁਹਾਨੂੰ ਕੋਈ ਲੰਗਰ ਨਾ ਪੁੱਛੇ ਖਾਣਾ ਮੈਡਮ ਇੰਨੇ ਹੀ ਕੈਮਰੇ ਤਾਂ ਨਹੀਂ ਆ ਰਹੇ ਘਰੇ ਲੰਗਰ ਲਵਾਤੇ ਹੋ ਗਈ ਹੈ ਸਾਡੀ ਹੁਣ ਆਪਾਂ ਜਹਾਜ਼ 'ਚ ਚੜ੍ਹਨਾ ਜਹਾਜ਼ 'ਚ ਬਣ ਰਿਹਾ ਹੋਰ ਹੋਰ ਦਵੇ ਨੇ ਐਡਿਟ ਹੋ ਕੇ ਦਾ ਹਾਂਜੀ ਮੈਂ ਵੀ ਪਹਿਲੀ ਵਾਰ ਚੱਲਾ ਜਹਾਜ਼ ਦੇ ਵਿੱਚ ਸਾਡਾ ਏਜੰਟ ਇਹਨੇ ਪਤਾ ਨਹੀਂ ਕਿੱਥੇ ਕਿੱਥੇ ਸਾਨੂੰ ਧੱਕੇ ਖਵਾਉਣੇ ਆ ਫਿਰ ਦੇ ਧੱਕੇ ਖਵਾਉਂਦਾ ਪਿਆ ਅਤੇ ਮੈਂ ਮੰਮੀ ਨੇ ਦੱਸਤਾ ਕਿ ਸਾਨੂੰ ਕੁਛ ਵੀ ਹੁੰਦਾ ਹੈ ਜ਼ਿੰਮੇਵਾਰ ਠੀਕ ਹੈ ਮੇਰੀ ਗੱਲ ਸੁਣੋ ਉਹ ਕੁਲਵੀਰ ਵੀਰੇ ਨੇ ਉਲਟੀਆਂ ਆਉਂਦੀਆਂ ਯਾਰ ਕੁਲਵੀਰ ਵੀਰੇ ਨੇ ਹਾਂਜੀ ਜਹਾਜ਼ 'ਚ ਚੜ੍ਹ ਲੱਗੇ ਜਹਾਜ਼ 'ਚ ਦੇਖ ਲੋ ਰਕਸ਼ੇ ਦੇ ਧੱਕੇ ਖਾਣ ਵਾਲੇ ਅੱਜ ਮੈਂ ਸਾਰੇ ਜਹਾਜ਼ ਚ ਬਿਠਾ ਦੇ
मैं तुहाडे भरा ने नंद भाई बह जाओ कोई नी चाचे मेरे ने चलाना नंद भाई दवेन सिर खाई जाता कहता जहाज मैं चलाना जहाज च बत्ती चल गई दवेन बिल नहीं भरना बिजली का कुलबीर भाई यार बत्ती चल गई यार अगे पता नहीं कट्ठे होना कि नहीं होना सब्सक्राइब बस साडियां नींदा खराब करके आप साला सुत्ता पिया कुत्ता मार के सुत्ता लगा नंद भाई की क्या मैं कहा मैं चलावा होली चलांदा मामा उड़न दो किदा कलवीर भाई की क्या मैं कहा जा तो उड़न दो मैं कहा मैं चलावा जा अद्धा घंटा कर रहा है उड़न दो अद्धा घंटा हो गया ना हर काम लेट कुलवीर भाई हर काम लेट उड़न च भी लेट ਉਹ ਸਪੈਸ਼ਲ ਫਲੈਟ ਫਲੈਸ਼ ਮਾਰਨ ਦੇ ਮਿਲਦੇ ਆ ਅਮਰੀਕਾ ਵੈਰੀ ਨਾਈਸ ਡੋਕੀ ਲਾ ਲੱਗੇ ਬੈਟ ਆਈ ਡੋਕੀ ਲਾ ਗਰੀਬ ਡੋਕੀ ਲਾ ਲੱਗੇ ਬਾਂਦਰ ਡੋਕੀ ਲਾਣ ਲੱਗੇ ਆ ਜੀ ਬੰਗਲਾ ਦੇਸ਼ ਤੋਂ ਮਰਾਂ ਬੰਗਲਾ ਮੈਡਮ ਥੋੜੀ ਚਲਾਉਣ ਦੀ ਹੈ ਉਹਨੂੰ ਪੋਚਾ ਨੂੰ ਅੰਦਰ ਜਾਂਦਾ ਕੀ ਅਗੇ ਪੱਕਾ ਪੱਕਾ ਫੇਸ ਟਾਈਮ ਤੇ ਕੋਲ ਲਾਉਂਦੇ ਰਹੇ ਫੇਸ ਟਾਈਮ ਚੱਲਣਾ ਉਹ ਬੰਦਾ ਇੰਨਾ ਟਾਈਮ ਉਹ ਕਹਿੰਦਾ ਕੁੱਲੀ ਕੁੱਲੀ ਭਾਈ ਆ ਕੇ ਚਲਾਵੇ ਰਾਤਾਂ ਪਹੁੰਚਣਾ ਆਪਾਂ 12 ਵਜੇ 12 ਵਜੇ ਠੀਕ ਆ चंगा स्पलेंडर चल छेती पहुंच जाना चैन उतर की जाती काश नू लाया फोन मैं लावा काश नू लाया रोया रोया मैं लाया बंद होने लगा हूं कहते कुलवीर कला बोल 2000 रुपया घाटा पै गया ਹਾਂਜੀ ਭਾਈ ਕੁਛ ਕਹਿਣਾ ਚਾਹੋਗੇ ਤੁਸੀਂ ਕਿਵੇਂ ਹੋ ਠੀਕ ਹੋ ਆਕਾਸ਼ ਭਾਈ ਆਪਣੇ ਕੈਨੇਡਾ ਵਾਲੇ ਹਾਂਜੀ ਵਲੋਗ ਸੁਣ ਲੈ ਡੋਂਕੀ ਲੱਗ ਰਹੀ ਅਮਰੀਕਾ ਦੀ ਮਾੜੀ ਮੋਟੀ ਗੱਲ ਨਹੀਂ ਗਲਤ ਜਹਾਜ਼ ਨਹੀਂ ਪੈ ਗਏ ਕੁਲਵੀਰ ਨੂੰ ਦੇਖ ਪੋਲਾ ਤੇ मोटर दिखा के लिया कल तो चेन सैट पाया पता नहीं की गल है यार ओके लवी उठ गया अपना जहाज अलविदा मिलते हैं अगले व्लॉग में।